ला यार हुण की करिए। हरप्रीत ने तो कहता भी बेबे बिरधा आश्रम च छड्या, ऐ हुण बिरधा आश्रम च बेबे नूं किवें छड्डीए। बेबे नूं जे दस दिया पता नहीं बेबे की कहूगी, बेबे नूं पुछांगे फिर हुण, होर तां हुण किहनूं पुछीए। इहने तां हुण कहता आपदा मन भी नहीं करदा बेबे नूं ऐ छड्डण नूं, लोक की कहणगे। कल्ला भी ना होवे यार बंदा, भैण भाई हुण तां माँ प्यो उधर रोटी खा ले, इहदा हुण सारा दिन कलेस करी जांदी है। चल बेबे नाल गल करदे आं की कहिंदी है। गुरु लाल किधर बेबे की दसा मैं तेनू, फिरते हैं? हाँ मेरा दसण नू जी नहीं करदा तेन। की गल है जी? गल तां इही जी है, हाँ तू तां हुण पता नहीं तेनू तां बिरधा आश्रम की हुंदा है, हाँ ते हरप्रीत तां हुण आई कहिंदी है ते अच्छा भी बेबे आपां नू ते औखा करदी है घरे, अच्छा ते आपां खर्चा पानी भर दिया करिए, ते अच्छा बेबे नू बिरधा आश्रम च छड्डिया। अच्छा हाँ बेबे शहरां च हुंदे नेगे। यार भाई छड्या, जे तेरे घर कलेस ना पवे, तेरे नाल लड़े ना हरप्रीत, मैं तो दो रोटियां ही खानियां कीती होईयां। ਉਹ ਤਾਂ ਗੱਲ ਬੇਬੇ ਤੇਰੀ ਠੀਕ ਹੈ, ਤੂੰ ਤਾਂ ਦੋ ਰੋਟੀਆਂ ਖਾਣੀਆਂ ਨੇ, ਹਾਂ ਫਿਰ ਤੇ ਉੱਥੇ ਹੁਣ ਫਿਰ ਤੈਨੂੰ ਘਰ ਵਰਗਾ ਮਾਹੌਲ ਤਾਂ ਨਹੀਂ ਉੱਥੇ ਹੁੰਦਾ। ਭਾਈ ਜਦੋਂ ਹੁਣ ਹਰਪ੍ਰੀਤ ਕਹਿੰਦੀ ਆ ਫਿਰ ਹੋਵੇ ਨਾ ਹੋਵੇ। ਹਾਂ ਉੱਥੇ ਤਾਂ ਸਾਰੇ ਨਾ, ਅੱਗੇ ਤਾਂ ਮਤਲਬ ਵੱਡੇ ਵੱਡੇ ਸ਼ਹਿਰਾਂ 'ਚ ਹੁੰਦਾ ਸੀਗਾ, ਬਾਹਰਲੇ ਮੁਲਕਾਂ 'ਚ ਹੁੰਦਾ ਸੀਗਾ, ਹੁਣ ਹਾਂ ਤਾਂ ਆਪਣੇ ਵੀ ਬਣ ਗਏ ਉਹ। ਹੁਣ ਭਾਈ ਟਾਈਮ ਗਲਤ ਆ ਗਿਆ, ਹੁਣ ਕੋਈ ਘਰੇ ਕਿਸੇ ਨੂੰ ਚੱਲਦਾ ਨਹੀਂ ਫਿਰ। ਹਾਂ ਸਾਰੇ ਉੱਥੇ ਸ਼ਹਿਰਾਂ ਵਾਲੇ ਬੰਦੇ ਖਰਚਾ ਭਰ ਦਿੰਦੇ ਆ, ਤੇ ਆਪਦੇ ਬਜ਼ੁਰਗਾਂ ਨੂੰ ਉੱਥੇ ਛੱਡ ਆਉਂਦੇ ਨੇ, ਅੱਛਾ ਤੇ ਪਿੰਡਾਂ ਦੇ ਵਿੱਚ ਇਹ ਗੱਲ ਹੈ ਨਹੀਂ ਹਜੇ ਤੱਕ ਕਿ ਮੈਂ ਕਿਵੇਂ ਕਰਾਂ, ਮੇਰਾ ਤਾਂ ਮਨ ਨਹੀਂ ਮੰਨਦਾ। ਕੋਈ ਨਾ ਭਾਈ, ਫਿਰ ਜਦੋਂ ਹਰਪ੍ਰੀਤ ਕਹਿੰਦੀ ਆ ਤੇ ਮਾਨ ਮੰਨਣ ਨੂੰ ਕੀ ਆ, ਤੇ ਨਹੀਂ ਫਿਰ ਤੂੰ ਹਰਪ੍ਰੀਤ ਦੇ ਪੇਕਿਆਂ ਦੀ ਰਹਿ ਲੈ ਕੀ ਬੋਲਦੇ ਨਾ। ਤੇਰੀ ਬੇਬੇ ਗੱਲ ਤਾਂ ਠੀਕ ਹੈ, ਹਾਂ ਤੇ ਉੱਥੇ ਫਿਰ ਤੈਨੂੰ ਕਦੇ ਕਦੇ ਅਸੀਂ ਤਾਂ ਮਿਲਣ ਜਾਇਆ ਕਰਾਂਗੇ, ਘਰ ਵਰਗਾ ਮਾਹੌਲ ਤਾਂ ਨਹੀਂ ਹੁੰਦਾ ਉੱਥੇ। ਕੋਈ ਨਾ, ਫਿਰ ਜੇ ਇਹਦੇ ਪੇਕੇ ਵੀ ਕਹਿਣ ਲੱਗਣਗੇ ਵੀ ਭਾਈ ਛੱਡਿਆ ਤਾਂ ਫਿਰ ਛੱਡਿਆ ਹੀ। ਨਹੀਂ ਬੇਬੇ ਹੁਣ ਤੂੰ ਤਾਂ ਕਹਿ ਨਹੀਂ ਵੀ ਮੈਨੂੰ ਛੱਡਿਆ ਹੀ ਛੱਡਿਆ ਹੀ, ਉੱਥੇ ਰਹਿਣਾ ਬਹੁਤ ਔਖਾ ਹੈਗਾ। ਕੋਈ ਨਾ ਭਾਈ, ਫਿਰ ਜੇ ਧੀਆਂ ਪੁੱਤ ਕੱਢਣ ਤਾਂ ਰਹਿਣਾ ਵੀ ਪੈਂਦਾ ਹੈ। ਹੁਣ ਬੇਬੇ ਮੇਰਾ ਤਾਂ ਮਨ ਐਂ ਕਹਿੰਦਾ ਸੀਗਾ ਧੀਆਂ ਪੁੱਤ ਕੀ, ਧੀਆਂ ਤਾਂ ਨਹੀਂ ਕੱਢਦੀਆਂ। ਧੀਆਂ ਨਹੀਂ ਬੇਬੇ ਕੱਢਦੀਆਂ ਹੁੰਦੀਆਂ, ਜੇ ਧੀ ਹੁੰਦੀ ਤਾਂ ਤੂੰ ਧੀ ਕੋਲੇ ਹਾਂ ਜਾ ਕੇ ਰੋਟੀ ਖਾ ਪੁੱਤੀ ਲੈਂਦੀ। ਕੱਢਦੇ ਨਾ, ਫਿਰ ਜੇ ਧੀ ਹੁੰਦੀ ਤਾਂ ਧੀ ਤਾਂ ਨਾਲੇ ਤਾਂ ਤੇਰਾ ਵਾਹਣ ਲੈ ਜਾਂਦੀ ਅੱਧਾ, ਤੇ ਨਾਲੇ ਮੈਨੂੰ ਸਾਂਭ ਹਾਂ, ਲੈਂਦੀ। ਨਾਲੇ ਅਸੀਂ ਭਾਈ ਵੀ ਦੋ ਹੁੰਦੇ, ਤੂੰ ਉਧਰ ਹਾਂ ਰੋਟੀ ਖਾ ਲੈਂਦੀ, ਹਾਂ ਤੇ ਹੁਣ ਮੈਂ ਤਾਂ ਵਿਚਾਲੇ ਫਸਿਆ ਬੇਬੇ। ਚੱਲ ਕੋਈ ਨਾ ਭਾਈ, ਤੂੰ ਕਾਹਦਾ ਵਿਚਾਲੇ ਫਸਿਆ, ਤੈਨੂੰ ਮੈਂ ਤਾਂ ਕੁਛ ਨਹੀਂ ਕਹਿੰਦੀ। ਜੇ ਮੈਂ ਇਹਦੇ ਪੇਕੇ ਕਹਿਣਗੇ ਉਵੇਂ ਜ਼ਿਕਰ ਕਰ ਲਈ, ਪੇਕਿਆਂ ਨੂੰ ਪੁੱਛ ਲੈ ਦੇ। ਇਹਦੇ ਪੇਕੇ ਤਾਂ ਬੇਬੇ ਹੁਣ ਇਹਦੇ ਹੱਕ 'ਚ ਹੀ ਕਹਿਣਗੇ। ਚੱਲ ਕੋਈ ਨਾ, ਫਿਰ ਜੇ ਇਹਦੇ ਹੱਕ 'ਚ ਕਹਿਣਗੇ, ਸਵੇਰ ਨੂੰ ਤਾਂ ਇਹਨੂੰ ਨਹੀਂ ਕੁਛ ਕਹਿਣਗੇ, ਤੂੰ ਦੀ ਰਾਏ ਜ਼ਰੂਰ ਲੈ ਲੈ ਪਹਿਲਾਂ। ਹਾਂ ਇਹ ਬੇਬੇ ਤੇਰੀ ਗੱਲ ਠੀਕ ਹੈ, ਚੱਲ ਫਿਰ ਮੈਂ ਉਹਨਾਂ ਨੂੰ ਫੋਨ ਤੇ ਹੀ ਗੱਲ ਕਰੂੰਗਾ ਹਾਂ, ਉਹਨਾਂ ਇਹਦੇ ਨਾਲ ਪੇਕਿਆਂ ਫੋਨ ਨਾਲ ਤੇ ਗੱਲ ਕਰ ਲੈ ਕੀ ਕਹਿੰਦੇ ਨੇ ਵੀ ਕੀ ਕਹਿੰਦੇ ਨੇ। ਬੇਬੇ ਔਖਾ ਬਹੁਤ ਹੈਗਾ। ਕੋਈ ਨਾ, ਔਖਾ ਕਾਹਦਾ ਹਾਂ ਹੈ, ਮੈਂ ਜਦੋਂ ਫਿਰ ਬਗਾਨੀਆਂ ਧੀਆਂ ਐ ਕਰਨ, ਸਾਰਾ ਕੁਝ ਕਰਨਾ ਪੈ ਜਾਂਦਾ ਆਪਦੇ ਘਰ ਰੱਖਣ ਦੇ ਮਾਰਿਆਂ ਨੂੰ, ਤੇ ਤੂੰ ਕੋਈ ਨਾ ਇਹਦੇ ਪੇਕਿਆਂ ਦੀ ਰਹਿ ਲੈ ਲੈ ਕੀ ਹਾਂ ਬੋਲਦੇ ਮੈਂ ਆ ਤਾਂ ਤੈਨੂੰ। ਵਿਚਾਲੇ ਫਸ ਗਿਆ ਬੇਬੇ, ਕਲੇਸ਼ ਬੜਾ ਕਰਦੀ ਹੈ। ਕੋਈ ਨਾ ਕਬਰਾ ਨਾ, ਐਂ ਕਰਦੀਆਂ ਹੁੰਦੀਆਂ ਬਗਾਨੀਆਂ ਧੀਆਂ, ਤਾਂ ਜੇ ਆਪਦੀ ਧੀ ਹੋਵੇ ਉਹ ਤਾਂ ਨਾ ਕਰੇ। ਫਿਰ ਹੁਣ ਇਹ ਨੂੰ ਇਹਦੀ ਤਾਂ ਮੈਂ ਕੀ ਲੱਗਦੀ ਆ, ਫਿਰ ਤੰਗ ਤਾਂ ਅਗਲਾ ਕਹਿੰਦਾ ਵੀ ਇੱਕ ਜਵਾਕ ਨਹੀਂ ਰੱਖਣਾ ਚਾਹੀਦਾ, ਜਵਾਕ ਤਾਂ ਦੋ ਹੋਣ, ਜੇ ਇੱਕ ਘਰੋਂ ਕੱਢਿਆ ਅਗਲਾ ਦੂਜੇ ਦੇ ਘਰੇ ਵਗਦਾ ਜਾਵੇ। ਹੁਣ ਇੱਕ ਇੱਕ ਨੂੰ ਛੱਡ ਕੇ ਜਾਊ ਅਗਲਾ ਕਿੱਧਰ, ਧੀ ਵੀ ਹੈ ਨਹੀਂ ਵੀ ਧੀ ਕੋਲੇ ਵਗ ਜੂ। ਰਸੋਈ ਚ ਕੀ ਭਾਲਦੇ ਫਿਰਦੇ, ਕੀ ਲੈਣ ਗਏ ਸੀ? ਰਸੋਈ ਚ ਕੀ ਭਾਲਣਾ ਸੀਗਾ, ਇੱਕ ਦੁੱਧ ਦਾ ਗਲਾਸ ਗਰਮ ਕਰਕੇ ਪੀਤਾ ਮੈਂ ਤਾਂ। ਨਾ ਤੈਨੂੰ ਕੱਲ ਕਿਹਾ ਸੀ ਵੀ ਨਾ ਤਾਂ ਤੈਨੂੰ ਦੁੱਧ ਮਿਲੇ ਨਾ ਬੇਬੇ ਨੂੰ ਮਿਲੇ, ਤੂੰ ਫਿਰ ਦੁੱਧ ਪੀ ਲੈਣਾ ਚੱਕ ਕੇ। ਮੈਂ ਤਾਂ ਹੁਣ ਚਾਹ ਜੋਗਰਾ ਰੱਖਿਆ, ਮੈਂ ਤਾਂ ਦੋਧੀ ਨੂੰ ਪਾਤਾ। ਦੁੱਧ ਮੈਂ ਆਪਦਾ ਗਰਮ ਕਰਕੇ ਆਪ ਤਾਂ ਪੀ ਸਕਦਾ। ਪੀ ਸਕਦਾ ਮੈਂ ਰੱਖੇ ਨਹੀਂ ਜਦੋਂ ਇੰਨਾ, ਨਾ ਤੂੰ ਕਹਿੰਦਾ ਸੀ ਰੱਖੀ ਨਾ ਸੀ, ਪੀਂਦੇ ਨਹੀਂ ਦੁੱਧ, ਮਾੜਾ ਹੈ। ਹਾਂ ਤੂੰ ਹੁਣ ਮੈਂ ਵੀ ਦੁੱਧ ਵੀ ਨਾ ਪੀਆ ਕਰਾਂ, ਨਾ ਤਾਂ ਹਾਂ ਮੈਨੂੰ ਚਾਹ ਕਰਕੇ ਦੇਣੀ ਹੈ, ਤੇ ਦੁੱਧ ਤਾਂ ਪੀਣੀ ਹੀ ਹੈ ਹੁਣ ਮੈਂ। ਤੇ ਫਿਰ ਤੂੰ ਹੀ ਆਖਿਆ ਸੀ ਵੀ ਦੁੱਧ ਪੀਣਾ ਨਹੀਂ ਮਾੜਾ? ਮੈਂ ਤੈਨੂੰ ਐਂ ਕਿਹਾ ਸੀਗਾ ਵੀ ਹਾਂ ਬੇਬੇ ਨੂੰ ਦੁੱਧ ਨਹੀਂ ਦੇਣਾ ਗਾ। ਅੱਛਾ ਤੈਂ ਪੀਣੇ, ਹਾਂ ਮੈਨੂੰ ਤਾਂ ਯਾਦ ਬਣਦਾ ਮੈਂ ਤਾਂ ਪੀਣੀ ਹੈ। ਤੂੰ ਆਪ ਬਣਦਾ, ਤੈਨੂੰ ਐਵੇਂ ਬਹਾਨੇ ਜੇ ਨਾ ਕਰਿਆ ਕਰ। ਮੈਂ ਤੈਨੂੰ ਦੱਸਾਂ, ਜਿਹੜੀ ਮੈਂ ਤੈਨੂੰ ਕੰਮ ਕਿਹਾ ਉਹ ਦੱਸ ਮੈਨੂੰ, ਜੇ ਕਰਿਆ ਨਾ ਕਰਿਆ ਦੁੱਧ ਤਾਂ ਚੱਲ ਪੀ ਲੈ ਕੋਈ ਨਹੀਂ। ਕੰਮ ਕਿਹੜਾ ਕਹਿਣੀ ਹੈ, ਬੇਬੇ ਵਾਲਾ ਜਿਹੜਾ ਬੇਬੇ ਤੈਨੂੰ ਵਾਲਾ, ਮੈਂ ਕਿਹਾ ਸੀ। ਬੇਬੇ ਵਾਲਾ ਕੰਮ ਹੁਣ ਤੂੰ ਤਾਂ ਕਹਿਤਾ, ਹਾਂ ਤੇ ਬੇਬੇ ਤਾਂ ਵਿਚਾਰੀ ਕੁਛ ਨਹੀਂ ਕਹਿੰਦੀ। ਤੇ ਫਿਰ ਮੈਂ ਕਿਹੜਾ ਕਹਿਣੀ ਆ ਵੀ ਬੇਬੇ ਡਾਂਗਾ ਮਾਰਦੀ ਹੈਗੀ? ਬੇਬੇ ਤਾਂ ਆਪੀ, ਬੇਬੇ ਨੇ ਤਾਂ ਬੁੜੀਆਂ 'ਚ ਹੀ ਬੈਠਣਾ ਹੁੰਦਾ, ਉੱਥੇ ਬੁੜੀਆਂ ਹੀ ਹੋਣਗੀਆਂ। ਉਹ ਤਾਂ ਕਹਿੰਦੀ ਮੈਂ ਤਾਂ ਦੋ ਰੋਟੀਆਂ ਖਾਣੀਆਂ ਨੇ ਭਾਈ, ਹਾਂ ਕੀਤੀ ਹੋਣ। ਤੇ ਫਿਰ ਹੋਰ ਕੀ ਚਾਹੀਦਾ ਤੈਨੂੰ? ਜੋ ਬੇਬੇ ਤਾਂ ਦੇ ਮੂੰਹ ਨਾ ਮੰਨੀ ਜਾਂਦੀ, ਬੇਬੇ ਤੈਨੂੰ ਐਂ ਕਹਿੰਦੀ ਮੈਂ ਜਾਂਦੀ। ਮੂੰਹ ਨਾ ਤਾਂ ਮੰਨੀ ਜਾਂਦੀ ਹੈ, ਤੈਨੂੰ ਇਹ ਮੈਨੂੰ ਐਂ ਤਾਂ ਦੱਸ ਵੀ ਗੱਲਾਂ ਕਿਹਨੇ ਸਿਖਾਈਆਂ ਨੇ। ਕੌਣੀਆਂ ਕਿਹਨੇ ਸੀਗੀਆਂ? ਸਾਰੀ ਦੁਨੀਆ ਹੀ ਕਰੀ ਜਾਂਦੀ, ਹੁਣ ਆਪਣੇ ਸਾਰੇ ਪਿੰਡਾਂ 'ਚ ਰਿਵਾਜ ਹੋ ਰਿਹਾ, ਸਾਰੇ ਉੱਥੇ ਛੱਡੀ ਜਾਂਦੇ ਸ਼ਹਿਰ 'ਚ। ਹਜੇ ਪਿੰਡਾਂ 'ਚ ਗੱਲਾਂ ਹੈ ਨਹੀਂ ਇਹ, ਪਿੰਡਾਂ 'ਚ ਹੋ ਜਾਣਗੀਆਂ ਜੇ ਇੱਕ ਜਣਾ ਕਰੂਗਾ, ਪਹਿਲ ਕਰੂਗਾ ਫੇਰ ਹੀ ਹੋਊਗੀ। ਤੇ ਪਹਿਲ ਕੋਈ ਹੋਰ ਕਰਦੇ ਫੇਰ ਤਾਂ ਠੀਕ ਆ, ਆਪਾਂ ਕਿਵੇਂ ਕਰੀਏ। ਤੇ ਫਿਰ ਹੁਣ ਕੋਈ ਤਾਂ ਪਹਿਲਾਂ ਹੁੰਦਾ ਹੀ ਆ, ਹੁਣ ਐਂਦਾ ਨਹੀਂ ਵੀ ਆਪਾਂ ਨਹੀਂ, ਪਹਿਲੇ ਤਾਂ ਕੋਈ ਹੋਰ ਪਹਿਲਾਂ ਆਵੇ, ਖਬਰ ਆਪਾਂ ਨੂੰ ਕਿੰਨੇ ਕੁ ਦੇਖਦੇ ਹੋਣਗੇ ਵੀ ਉਹ ਛੱਡਣ ਤਾਂ ਅਸੀਂ ਛੱਡ ਕੇ ਮੈਂ ਆਈਏ। ਤੈਨੂੰ ਕਿਹਨੇ ਸਿੱਖਿਆ ਦੇਤੀ ਫਿਰ ਇਹ?
मैंने तो किसी ने मर्जी देती, मैं तेन जी गल कही जाता वो गल हां या ना का जवाब दे, नहीं मैं अरे पिंड जानी हाँ, ते मैनू लोगों तो संग नहीं आऊगी, मैनू नहीं संघ सुंग का पता, वो आप देखो समाज की कहूगा, मैनू लोग की कहणगे। लोग की कहणगे, लोग दस की कहणगे, लोगों ने की कहना, लोग तो सब कुछ यही करनगे, लोग भी फिर देख के। हाँ जे उहदे धी होवे बेबे दे साडे भैण होवे तां उत्थे वग जे विचारी, उह इक भरा होवे तां उहदे नाल रोटी ओ खा मैं ले। कहड़ा उदों आख्या सी वी तेरे भैण ना होवे, हाँ तू तां हुण कहता उत्थे किवें छड्या वा, हुण तू मेरे नाल लड़न खड़ गया, लड़ाइयां करन लग गया, उदों तू कहना सी मैं आपी छड्याऊंगा, मैं जा क्यों नहीं अमन कोले, तां मैं मरी जांदा, जा क्यों नहीं अमन कोले, इन्हां दा तां लोटी नहीं आउंदा, देखदी हूँ की रह दिंदी हैगी, पहले तो चंगा भला मन गया सी, हुण लोकां दी सुन लग गया, कहना लोग की कहणगे। आ गई कुड़े आ गई, पता लड़ीक डूक के आ गई, तू तो आई नहीं, नहीं आ मैं गई भैने, साढ़े तो होर नवा कम खड़ा करके बह जाते है, आ जा बैठी अड़िए 2 मिनट बह के गल्लां करिए, तो किधर आ गई मेरी बेबे जानी नहीं, बेबे का ही दर नु बागी, मैं ऐसा करनी फिरती होगी, बैठ तू, मैं पूछे तो किधर जा रही सी गी वहां, हुण तेरे कोले आउंदी सी होर किधर जाने, मैं अच्छा इन्नी लेट मैं तो डीक डूक के तेनू आ गई, डीक डूक के तो फिर तो आनी सी, फोन लाया फोन लगे ही नहीं है, की होगा फिर फोन नो, फोन तो अंदर चार्ज ते लाया पे, बाहर नहीं होना पता ही नहीं लगा, पता की लगे तेरा बाई लड़न लग गया मेरे ना, किया मैं पहला तो मान गया सीगा, फिर की बने बेबे नु छड्या आवांगे, हाँ। कहना मैं पूछूंगा करूंगा बेबे ना रहे, हुण होर ही गल्लां करना गा, हुण हाँ, कहना लोग की कहणगे, पूछ रही सी मैं, पूछा कल दस्या सी भैन नु, हां की राय कीती आ, हुण ले कहना लोग की कहणगे, मैनू कहना ऐ दस भी तेनू कहा कीने बेबे नु उत्थे छड्या आई, दूजे लोग छड के आउंदे ओ पागल ही ने, मैं क्या हुण जे कोई पहल करूगा, पहला कोई छड्डन जाऊगा फिर ही उत्थे खुलणगे, ओ चलणगे छड के बाद दूर दुनिया जाई जांदी, बाद छड के ही जांदे ने, हां ओ तां कहना कि गया कौन है कि मैनू ऐ दस, बहुत जाके देखता तेनू फिर पता लगूगा, बाई नु कह बिरदा शर्म भरे पे हां भरिया पेगा, फिर उत्थे ला मौज करनगे गल्लां करनगे, आप पैसे भरने आप कर फ्री छड के आंगे, गल तां फिर ओही है जे कोई मन्ने फिर आ फिर मन्ने नहीं होना, कित्थों मन्नेगा, कोई मन्नेया नहीं हजे तकर, तां मैं तां अक के आउंदी सीगी, मैं खोसे कोले लै आउनी 10 मिंट, और फिर मैनू ऐसी मैं चल की है कोई हल हो जाए फिर मैं भी ओहे देख लूंगी पूछ लूंगी, ते फिर तुसी छड्याओगे जी फिर साडा मन गया, फिर छड्या मंगे सी भी देखांगे फिर पूछू, मैं तो पूछया नहीं हजे तक, पूछया नहीं ना भी नहीं, छोड़ी ता फिर प्रगट नरम हैगा तो ओदी आखे लग जूगा तेरे, तेरा बाई का कने मसा मानदा, ओ नरम भी है ते गर्मी भी दोनों गल्लां ने ओदी है ता, फिर हां साडे तो तपने बाला पेड़ा सवाएगा, पेड़ा तो मैं देख लिया सी कल, मैं देख लिया सीगा, हां ये मानदा नहीं हैगा, ये तो हैगा जी होया तो गल मान जांदा, पहला तो मान गया, ते बेबे की बेबे नु पता लग गया, बेबे ने तो कहना मैं दसता, बेबी तो कहनी भाई मैं तो रोटियां खानियां छड्या मैनू होर की चाहिदा, फिर मासी बन गई, मैं वो गल सारा दिन तंग होई जानी है कि इत्थे किधर जाना आउण जोग दी नहीं, ते आप आराम नाल घरे नहीं बड़दा, आप बाहर रहिंदा, आई कर दे भाने नाल तो कम पाल दे नाल सेवा पाल दे, मैं सेवा पाल दे दो कम, फिर जां पे कम वाली ला दे, मैं तो फिर एक गल करूं, मैं तो आखे जांदा पेक ही जानी है फिर, हां जे नहीं छड के आउंदा की कहंदा, मैं तो पेक के नाल डब्बा दित्ते, मैनू तो ऐसे मैं चल के मन मैं तो फिर बड़ा बोली नहीं, मैं तो उदे आ गई भाने, मैं आखे मैं तो अमन कोले जानी है फिर, फिर मैं तो आप ही आ गई, डीक डूक के तो आई नहीं है, नहीं बह जा मैं चाह बना के लिए नहीं। ना भी चाह तो मैं बना के भांडे मांज के इधर ही आई सी, फिर दुध बना लेने एक कर लिया, चाह वाली पिंदी है कि तन पता तो है मैं तो चाह घट ही पीनी, फिर दुध बना लेने आखी ना, ना ना दुध नहीं मैं कभी पीता, और की पीनी है ना कासे लोड नहीं है कि मैंने, मैं ताई पूछ लाई सी, मैं देखा की आ रही है कि भैन, भैन की आ रही है अपने, भैन दे की सारे, भैन दे सारे होवे तो हुन मैं छड भी आऊंगी, तब भी हो गया फिर तक, और जब तो है हूं तो फिर भी ना पता लग जाए भी आप दोनों गल कर देंगे, जी पता लग गया ना दोनों दुतरिया घुमा देने, तू कह दे होर काम इसे हिसाब दे, कहना सी मैनू कहना तेरे उंगल किने लाई है भी किने दसिया तेन, मैं मेनू कि सारी दुनिया छड़ी जाती है, हाँ एक नवी गल है, मैं क्या ये तो कितने बाहर ही नहीं गए मां पुत्र, इन्हें यही नहीं पता शहर च हो ही जाए, मैं तो अंदर ले चूहे आ, हाँ पति लाल बाहर की हो ही जाएगा, गुरुद्वारे वग गया बस इथी जा मेरे ना घरे अड़ी जाऊगा, जा खेत वग गया होर कितने, सामने पैणगी है, सामने पैणगी फिर देख ला एक अद्धी बार होर देख ला पुछ के, चल चंगा भैने देखूंगी फिर मना के होर देख ला फिर किवें कोई हल गल दा हल हुंदा मैं दस दी फिर, चंगा दस दूंगी फोन, चंगा फिर मैं तो जानी आ डी टाइम, चंगा पाग जा चाह नहीं पीना दूध नहीं पीना, तेरा सोण दा टाइम होया पैनी रे जा रे, नहीं पता भैने तेरा बाई आ जे इधरों जो आ गया आकूगा लैण की आई सी रोज की कर दूंगा, चल मैं तो जानी आ, चंगा फिर भग जा लंघ जा, नहीं मैं तो देखदी आ इधरों किते बेबे भी ना आ जे, मैं संग नूं चल 2 मिंट आई 2 मिंट ओहदे नाल तां गल्लां करूंगा, गईयां नहीं ना जान दिंदे ओहदे कोले, हरप्रीत कुड़े जमाइन दी चुंडी लिया दे, हाजमा जा खराब होया पे, लिया दा नहीं है बेबे, ले बेबे
ਅੱਜ ਹੋਰ ਉਂਝ ਚਿੱਤ ਹੋ ਹੀ ਜਾਂਦਾ ਹੈ। ਕੀ ਗੱਲ ਵੇ ਕੀ ਹੋ ਗਿਆ? ਪਤਾ ਨਹੀਂ ਕਾ ਤੋਂ। ਤੇ ਹੋਰ ਕੋਈ ਡਾਕਟਰ ਤੋਂ ਦਵਾਈ ਦੁਈ ਲੈ ਲੈਂਦੀ? ਨਾ ਬਸ ਇਹਦੇ ਨਾਲ ਹੀ ਆਰਾਮ ਆ ਨਹੀਂ ਗਿਆ। ਮੇਬੇ ਹਾਂ ਹਾਜਮਾ ਤਾਂ ਨਾ ਉੱਥੇ ਬਾੜੀ ਵਧੀਆ ਬਾੜੀ ਸਮਾਨ ਦਿੰਦੇ ਆ ਕਹਿੰਦੇ ਬੁੜੀਆਂ ਨੂੰ ਬਿਰਧ ਆਸ਼ਰਮ ਚ। ਅੱਛਾ ਉੱਥੇ ਤਾਂ ਡੱਡ ਡੱਬੀਆਂ ਭਰੀਆਂ ਹੋਈਆਂ ਸਾਰੇ ਕਾਸੇ ਦੀਆਂ। ਅੱਛਾ ਇੱਥੇ ਤਾਂ ਹੁਣ ਤੂੰ ਮੇਰੇ ਕੋਲੇ ਕੱਲੀ ਕੋਲੇ ਬੈਠੀ ਰਹਿਣੀ ਆ, ਮੈਂ ਆਪਦਾ ਕੰਮ ਕਰੀ ਜਾਂਦੀ ਤੂੰ ਇੱਥੇ ਕੱਲੀ ਝਾਕੀ ਜਾਂਦੀ ਆ। ਕੋੜਾ ਉੱਥੇ ਤਾਂ ਖਾਣਾ ਤੇਰੀਆਂ ਇੰਨੀਆਂ ਸਹੇਲੀਆਂ ਬਣ ਜਾਣਗੀਆਂ, ਗੱਲਾਂ ਬਾਤਾਂ ਕਰਨ ਨੂੰ ਮੌਜ ਕਰਿਆ ਕਰਾਉਂਗੀਆਂ। ਹੁਣ ਇੱਥੇ ਤਾਂ ਤੂੰ ਫੜਾ ਦੇਣੀ ਆ, ਫਿਰ ਉੱਥੇ ਫੜਾਇਆ ਕੌਣ ਕਰੂ? ਬੇਬੇ ਉੱਥੇ ਤਾਂ ਸਪੈਸ਼ਲ ਰੱਖੀ ਹੁੰਦੀ ਆ ਉਹਨਾਂ ਨੇ। ਅੱਛਾ ਹਾਂ ਫਿਰ ਉੱਥੇ ਤਾਂ ਵਧੀਆ ਮਾਰ ਦਵਾਈ ਬੂਟੀ ਦੇਣ ਨੂੰ ਤੇ ਗੱਲਾਂ ਨਾਲੇ ਕਰਨ ਨੂੰ ਉਹੀ ਗੱਲ ਦੱਸ ਜਾਣਗੀਆਂ, ਇਕੱਠੀਆਂ ਹੋ ਕੇ ਬੈਠੀਆਂ ਰਹਿੰਦੀਆਂ, ਟੋਲੇ ਬਣਾ ਬਣਾ ਗੱਲਾਂ ਕਰੀ ਜਾਂਦੀਆਂ, ਫਿਰ ਜੀ ਤਾਂ ਲੱਗ ਜਾਂਦਾ ਹੋਊਗਾ। ਜੀ ਤਾਂ ਬਲਾਈ ਲੱਗਦਾ, ਦੇਖ ਲੈ ਜੀ ਤੇਰਾ ਮਨ ਹੈ ਤਾਂ ਬੇਬੇ ਸੋਡਾ ਜੀ ਲੱਗ ਜੂ ਮੈਂ ਇੱਥੋਂ ਬਿਨਾ। ਬੇਬੇ ਜੀ ਤਾਂ ਫਿਰ ਆਪ ਹੀ ਲਾਉਣਾ ਪਊਗਾ, ਹੁਣ ਮੈਨੂੰ ਵੀ ਆਏ ਆ ਤੇਰਾ ਕਰਕੇ, ਮੈਂ ਖਨੇ ਬੇਬੇ ਨੂੰ ਦਵਾਈ ਬੂਟੀ ਟਾਈਮ ਸਿਰ ਮਿਲੀ ਜਾਊ, ਉੱਥੇ ਮੈਂ ਭੁੱਲ ਜਾਨੀ ਦਵਾਈ ਦੇਣ ਨੂੰ ਤੈਨੂੰ। ਹਾਂ ਉਹ ਤਾਂ ਹੈਗੀ ਗੱਲ ਕਰ, ਤੇ ਮੈਂ ਉਹਦੇ ਨਾਲ ਤਾਂ ਗੱਲ ਕਰੀ ਸੀ, ਉਹ ਤਾਂ ਕਹਿੰਦਾ ਸੀ ਬੇਬੇ ਤਾਂ ਹਾਂ ਕਰਦੀ ਐ, ਤੇ ਉਹੀ ਨਹੀਂ ਬੇਬੇ ਹਾਂ ਕਰਦਾ, ਜੇ ਤੂੰ ਉਹਨੂੰ ਮਨਾ ਲੈ ਤਾਂ ਫਿਰ ਤੈਨੂੰ ਫਿਰ ਛੱਡੇਗੀ। ਮੈਂ ਇੱਥੇ ਭਰਾਂਗੇ ਆਪਾਂ ਕਿਹੜਾ ਫ੍ਰੀ ਛੱਡਦੇ ਤੈਨੂੰ? ਨਾ ਮੈਂ ਤਾਂ ਕਿਹਾ ਸੀ ਉਹਨੂੰ, ਮੈਂ ਕਿਹਾ ਵੀ ਚੱਲ ਭਾਈ ਤੁਹਾਡੇ ਸੁੱਖ ਸ਼ਾਂਤੀ ਘਰੇ ਹੋਣੀ ਚਾਹੀਦੀ, ਮੈਨੂੰ ਤਾਂ ਕੋਈ ਚੱਕਰ ਨਹੀਂ, ਮੈਂ ਤਾਂ ਦੋ ਰੋਟੀ ਨਾ ਨਾ ਸੁੱਖ ਸ਼ਾਂਤੀ ਵਾਲੀ ਗੱਲ ਨਹੀਂ ਬੇਬੇ, ਮੈਂ ਤਾਂ ਇਹ ਤੇਰੀ ਸਹੂਲਤ ਦੀ ਮਾਰੀ ਕਹਿੰਦੀ ਆ ਵੀ ਤੈਨੂੰ ਸੁੱਖ ਹੋ ਜੂ ਉੱਥੇ। ਚੱਲ ਕੋਈ ਨਾ ਤੁਸੀਂ ਰਾਏ ਕਰ ਲਓ, ਮੈਂ ਤਾਂ ਕੀ ਰਾਏ ਕਰਨੀ, ਮੇਰੀ ਤਾਂ ਕਿਹੜਾ ਬੇਬੇ ਉਹ ਸੁਣਦਾ, ਹਲੇ ਤੇਰੀ ਤਾਂ ਸੁਣਦਾ, ਤੂੰ ਕਹੀ ਉਹਨੂੰ ਚਾਹੀਦਾ ਵੀ ਭਾਈ ਮੈਨੂੰ ਤਾਂ ਛੱਡਿਆ। ਚੰਗਾ ਚੰਗਾ ਫਿਰ ਖਾ ਲਾ ਜਮੈਣ ਨਾ ਦੱਸ, ਹੁਣ ਇਹਨੂੰ ਤਾਂ ਆਏ ਵੀ ਛੇਤੀ ਬਾਗ ਜੇ ਕਰੋ, ਹੁਣ ਮੈਂ ਤਾਂ ਮੁੰਡੇ ਨੂੰ ਕਹਿ ਦਿੰਦੀ ਆ ਫਿਰ ਵੀ ਭਾਈ ਮੈਨੂੰ ਛੱਡਿਆ, ਹਰਪ੍ਰੀਤ ਕਹਿੰਦੀ ਆ ਜਦੋਂ ਬਾਗ ਜਾਂਦੀ ਆ, ਪਰ ਇਹਨੂੰ ਨੀ ਚਿੱਤੀ ਕਰਦੇ ਆ। ਹੁਣ ਲੈ ਵਧੀਆ ਬੇਬੇ ਨਾਲ ਗੱਲ ਹੋ ਗਈ, ਵਧੀਆ ਬੇਬੇ ਬਾਗ ਗਈ, ਉਹੀ ਗੱਲ ਮੈਨੂੰ ਤਾਂ ਆਰਾਮਦਾਰੀ ਹੋ ਜੂਗੀ, ਨਾ ਟੋਕਾ ਨਾ ਟਾਕੀ, ਸਾਰਾ ਦਿਨ ਕਿੱਧਰ ਜਾਂਦੀਆਂ ਨੀ ਕਿੱਧਰੋਂ ਆਈਆਂ ਨੀ, ਸੱਸ ਨਾਨਾ ਜਿਵੇਂ ਕਹਿੰਦੇ ਹੁੰਦੇ ਕਿ ਬੀਬੀ ਕੱਲੀ ਪ੍ਰਧਾਨ, ਮੈਂ ਤਾਂ ਕੱਲੀ ਪ੍ਰਧਾਨ ਬਣ ਜੂਗੀ ਘਰ ਦੀ, ਬੇਬੇ ਨੂੰ ਭੇਜ ਕੇ ਆ ਜਾਣ ਦੇ ਉਹਨੂੰ ਬੇਬੇ ਦੇ ਤਾਂ ਕਾਗਜ਼ ਤਿਆਰ ਕਰਵਾਵਾਂ ਅੱਜ ਹੀ ਕਹਿ ਕੇ, ਉਹਨੂੰ ਵੀ ਬੇਬੇ ਤਾਂ ਮੰਨ ਗਈ, ਬੇਬੇ ਨੇ ਤਾਂ ਮੈਨੂੰ ਆਪ ਕਿਹਾ। ਆ ਗਏ? ਕੀ ਗੱਲਾਂ ਕਰੀ ਜਾਂਦੀ ਹਰਪ੍ਰੀਤ? ਕੁਛ ਨੀ ਗੱਲਾਂ ਕਰਦੀ, ਮੈਂ ਤਾਂ ਉਹ ਕੱਲੀ ਬੈਠੀ ਬੋਲੀ ਜਾਂਦੀ ਸੀ ਜੀ, ਤੇ ਅੱਜ ਨਾ ਬੇਬੇ ਨੇ ਮੈਨੂੰ ਆਪਦੇ ਕੋਲੇ ਬੁਲਾਇਆ ਸੀ। ਅੱਛਾ। ਬੇਬੇ ਮੈਨੂੰ ਕਹਿੰਦੀ ਵੀ ਮੈਂ ਜਿੱਥੇ ਤੁਸੀਂ ਕਹਿੰਦੀ ਸੀ ਤੂੰ ਗੱਲ ਕਰਦੀ ਸੀ ਵੀ ਮੈਨੂੰ ਛੱਡਿਆ, ਬਿਰਧ ਆਸ਼ਰਮ ਦੀ ਗੱਲ ਕਰੀ ਸੀ, ਤੇ ਕਹਿੰਦੀ ਉੱਥੇ ਤਾਂ ਕੇ ਬੁੜੀਆਂ ਬੜੀਆਂ ਹੁੰਦੀਆਂ, ਮੈਂ ਕਿਹਾ ਬੁੜੀਆਂ ਤਾਂ ਬੇਬੇ ਉੱਥੇ ਵਾਧੂ ਹੁੰਦੀਆਂ, ਬੇਬੇ ਕਹਿੰਦੀ ਮੁੰਡੇ ਨੂੰ ਕਹਿ ਕੇ ਮੇਰੇ ਕਾਗਜ਼ ਤਿਆਰ ਕਰਵਾ, ਫਿਰ ਮੈਨੂੰ ਤਾਂ ਛੱਡ ਕੇ ਆਓ। ਉਹਦਾ ਮੈਂ ਵੀ ਬੇਬੇ ਨੂੰ ਪੁੱਛਿਆ ਸੀਗਾ, ਬੇਬੇ ਤਾਂ ਵਿਚਾਰੀ ਕਹਿੰਦੀ ਮੈਂ ਤਾਂ ਦੋ ਰੋਟੀਆਂ ਹੀ ਖਾਣੀਆਂ ਨੇ, ਕੀਤੀ ਹੋਣ ਲੈ, ਬੇਬੇ ਤਾਂ ਹੁਣ ਆਪ ਕਹਿੰਦੀ ਮੈਨੂੰ, ਮੈਂ ਥੋੜਾ ਬੇਬੇ ਨੂੰ ਘਰੋਂ ਕੱਢਦੀ ਆਂਗੀ। ਉਹ ਤਾਂ ਠੀਕ ਹੈ ਪਰ ਮੈਂ ਹੀ ਫਿਕਰਾਂ 'ਚ ਪੈ ਰਿਹਾ ਹੁਣ ਕਿਵੇਂ ਕਰਾਂ, ਮੈਨੂੰ ਤਾਂ ਸਮਝ ਨਹੀਂ ਆਉਂਦੀ। ਬੇਬੇ ਤਾਂ ਕਹਿੰਦੀ ਵੀ ਮੈਨੂੰ ਤਾਂ ਭਾਈ ਛੱਡਿਆ ਹੋਈ, ਉੱਥੇ ਦਵਾਈ ਬੂਟੀ ਦੇਣ ਵਾਲੇ ਆ ਤੇ ਉੱਥੇ ਬੁੜੀਆਂ ਗੱਲਾਂ ਕਰਨ ਵਾਲੀਆਂ, ਤੇ ਇੱਥੇ ਕਹਿੰਦੀ ਤੂੰ ਮੇਰੇ ਕੋਲੇ ਖੜਦੀ ਨਹੀਂ, ਵਾਸਤਾ ਨਹੀਂ। ਚੱਲ ਠੀਕ ਹੈ ਫਿਰ ਮੈਂ ਬੇਬੇ ਦੇ ਕਾਗਜ਼ ਤਿਆਰ ਕਰਾ ਦਿੰਦਾ ਫਿਰ। ਫਿਰ ਕਰਾ ਦੇ, ਹੋਰ ਤੈਨੂੰ ਕੀ ਚਾਹੀਦਾ? ਤੇ ਚੰਗਾ ਮੈਨੂੰ ਇੱਕ ਗਲਾਸ ਨਾ ਪਾਣੀ ਦਾ ਗਰਮ ਕਰਕੇ ਲਿਆ, ਤਿਆਰ ਬਣ। ਪਾਣੀ ਤਾਂ ਮੈਂ ਲਿਆ ਦੂੰ, ਦੇਖ ਤੂੰ ਕਾਗਜ਼ ਕਿੱਥੇ ਤਿਆਰ ਹੁੰਦੇ, ਉੱਥੇ ਜਾ ਤੂੰ ਹੁਣੀ ਜਾ। ਨਾ ਮੈਂ ਕਰਾ ਲਿਆਉਂਗਾ ਅੱਜ। ਚੰਗਾ ਮੈਂ ਪਾਣੀ ਦਾ ਗਲਾਸ ਲਿਆਉਣੀ ਨਿੱਗਾ ਕਰਕੇ। ਲੈ ਹੁਣ ਇਹ ਤਾਂ ਕਹੀ ਜਾਂਦੀ ਹੈਗੀ, ਚਲੋ ਕਰਾਉਣੀ ਪੈਣਗੇ ਫਿਰ, ਹੁਣ ਘਰੋਂ ਤਾਂ ਕਲੇਸ਼ ਮੁਕਾਉਣੀ ਪਊਗਾ। ਹਰਪ੍ਰੀਤ ਉਰੇ ਆ। ਆ ਗਈ। ਆ ਕਾਗਜ਼ ਕੀ ਚੱਕੀ ਹੋਣੀ? ਇਹ ਤਾਂ ਮੈਂ ਕਾਗਜ਼ ਤਿਆਰ ਕਰਵਾ ਲਿਆ। ਆ ਇਹ ਛੇਤੀ ਕਰ ਵੀ ਦਿੱਤੇ, ਤੂੰ ਸਾਈਨ ਮਾਰੇ ਤੇ ਬਸ, ਫਿਰ ਮੈਂ ਪੜਤਾ ਲਵਾਂ ਬੇਬੇ ਦਾ ਨਾਂ ਨਾ ਕਰਦਾ। ਪੜਨ ਦਾ ਆਪਣੇ ਕੋਲ ਟਾਈਮ ਨਹੀਂ ਹੈਗਾ ਇੰਨਾ। ਨਾ ਫਿਰ ਮੈਂ ਸਾਈਨ ਕਿਉਂ ਮਾਰਾਂ, ਬੇਬੇ ਤੋਂ ਕਰਵਾ। ਉਹ ਆਪਾਂ ਮਿਲਣ ਤਾਂ ਜਾਈ ਕਰਾਂਗੇ ਬੇਬੇ ਨੂੰ। ਹਾਂ ਆਪਾਂ ਜਿਹੜੇ ਸਾਈਨ ਹੋਣਗੇ ਇੱਥੇ, ਕਾਗਜ਼ ਤਿਆਰ ਹੋਣਗੇ, ਉਹੀ ਮਿਲਿਆ ਕਰਨਗੇ, ਦੂਜਾ ਨਹੀਂ ਬੰਦਾ ਮਿਲ ਸਕਦਾ। ਹਾਂ ਮਿਲਣ ਤਾਂ ਫਿਰ ਮੈਂ ਬੇਬੇ ਨੂੰ ਜਾਇਆ ਕਰੂੰ। ਮੈਂ ਤਾਂ ਸਾਈਨ ਕਰਦਾ, ਲੈ ਫਿਰ ਮੈਂ ਕਰ ਜਾਣੀ ਆ। ਆ ਲੈ ਫੜ, ਤੇ ਤੂੰ ਐ ਕਰ ਬੇਬੇ ਨੂੰ ਮਿਲ ਲੈ, ਤੇ ਮੈਂ ਬੈਗ ਚੱਕ ਕੇ ਲਿਆਉਣਾਗਾ। ਬੇਬੇ ਦਾ ਬੈਗ ਨਾ ਪੇਟੀ ਤੇ ਪਿਆ, ਮੈਂ ਆਪੇ ਚੱਕ ਲਿਆਉਂਗਾ, ਤੂੰ ਬੇਬੇ ਨੂੰ ਮਿਲ ਲਿਆ ਕਰਾਂ। ਚੰਗਾ ਫਿਰ ਮੈਂ ਮਿਲਦੀ, ਟਾਈਮ ਥੋੜਾ ਆਪਣੇ ਕੋਲ। ਚੰਗਾ ਲੈ ਬੇਬੇ, ਉਹ ਤਾਂ ਮਿੰਟ ਚ ਹੀ ਤਿਆਰ ਕਰਵਾ ਲਿਆ ਤੇਰੇ ਕਾਗਜ਼, ਕਹਿੰਦਾ ਬੇਬੇ ਤਾਂ ਬਸ ਜਾਂਦੀ ਵੀ ਐ। ਅੱਛਾ ਹਾਂ ਚੱਲ ਫਿਰ ਮੈਂ ਤਾਂ ਬਾਗੀ ਜਾਂਦੀ ਆ। ਚੱਲ ਫਿਰ ਬਾਗ ਜਾ ਬੇਬੇ। ਆ ਲੈ ਫੜ ਨਾ ਬੇਬੇ ਦਾ ਬੈਗ, ਲਿਆ ਚੱਕ ਕੇ ਤਾਂ ਮੇਰਾ ਉੱਥੇ ਧੱਕਿਆ। ਇਹਦਾ ਇਹਦਾ ਬੈਗ ਆ ਕੁੱਤੋ, ਮੇਰਾ ਲਿਆ। ਮੇਰੀ ਗੱਲ ਸੁਣ ਲੈ ਬੇਬੇ, ਹਾਂ ਤੇਰਾ ਬੈਗ ਨਹੀਂ, ਹਾਂ ਏਸੀ ਦੀ ਬੈਗ ਤਿਆਰ ਕੀਤਾ, ਏਸੀ ਦੀ ਕਾਗਜ਼ ਤਿਆਰ ਕੀਤੇ ਨੇ। ਕਿ ਮੇਰਾ ਬੈਗ ਕਾ ਤਿਆਰ ਕੀਤਾ ਤੈ? ਵੀ ਰੋਟੀਆਂ ਕੌਣ ਪਕਾਊ? ਰੋਟੀਆਂ ਤਾਂ ਬੇਬੇ ਉੱਥੇ ਆਪਾਂ ਪਕਾ ਲਿਆ ਕਰਾਂਗੇ, ਇਹ ਤਾਂ ਉਹ ਏਸੀ ਨੂੰ ਭੇਜਣਾ ਉੱਥੇ ਆਸ਼ਰਮ ਚ, ਇਹਨੂੰ ਪਤਾ ਲੱਗ ਜੂ। ਜਾਣ ਦਿੰਦੀ ਭਾਈ ਨਾ ਬੇਬੇ, ਇਹ ਮੈਨੂੰ ਕਹਿੰਦਾ ਨਾ ਮੈਂ ਆਸ਼ਰਮ ਛੱਡ ਕੇ ਨਾ, ਮੈਂ ਤਾਂ ਇਹਦੇ ਪਿੰਡ ਜਾਨੀ ਆ ਕਿ ਮੇਰਾ ਬੈਗ ਫੜਾ ਰੇ। ਮੇਰੀ ਨਹੀਂ ਜਾਣ ਦਿੰਦੀ, ਕਿਤੇ ਨਹੀਂ ਜਾਣ ਦਿੰਦੀ। ਮੇਰੀ ਗੱਲ ਤਾਂ ਸੁਣ ਲੈ ਤੂੰ, ਇਹ ਤੇਰੇ ਪੇਕਿਆਂ ਨੇ ਮੈਨੂੰ ਸਲਾਹ ਦਿੱਤੀ ਸੀਗੀ, ਤੇਰੇ ਭਾਈ ਨੇ ਕਾਗਜ਼ ਤਿਆਰ ਕਰਵਾਏ ਆ। ਅੱਛਾ ਮੇਰੇ ਤਿਆਰ ਕਰਵਾਤੇ ਭਰਾ ਨੇ?
देख ला बे मैं तो तेरे भले नहीं मारी करती ना भाई, मैनू फड़ा मैं नहीं जान दी जे छड़ना है मैनू छड़े हो इनू नहीं आ देख ले बेबे हुन तेरा किन्ना करती है की तू तो नहीं करता बेबे तो कर दी है चल तू परे जा मैं आपे बेबे नु मना लूंगी तेरे ना कोई गल नहीं मेरी बेबे बेबे एक बारी माफ कर दे मैनू देख आज तो बार मैं नहीं कहनी बेबे तेनू बिरदा आश्रम से मैं कुछ नहीं कहती तेनू चंगा बेबे मैं तेनू आऊं गल मार दूंगा मां मां नहीं बेबे मैं तेनू छट के आऊंगा मैं तो जानती नहीं है मेरी मां की जा बे सॉरी मर जा ओना कोले जाके रह ला मैं तो इथे रहूंगी बेबे कोले बेबे मैं तेनू चा करके ले के देनी बस हुन ना आ कुछ ना कह बेबे एनू आदे सॉरी भेज दे आदे सोहरे ने जाके रे कोई नहीं टिक जा बस हां ऐ तो सस नु दोने कट लांगिया एनू मैं क्यों जान दनी है पावे तेरा दिमाग खुल गया हुन तू कामल के मारे एडा कामल बेबे हां जो तू मेनू आई नहीं आखा सी इहदे पेके नु पुछ ले मैं तो नहीं कहता तैनू भी ओन्ना दी रह ले ला किदा भरा मैं फोन करया सीगा अच्छा ओ कहंदा इहदा दिमाग कै नहीं खुलदा जिथे तेरी मां नु छड के आउंदी है ना इह जेडे आश्रम च ओथे इहनू छड के साडी भैण नु इहनू पता लगे बेबे मैनू तो दस दंदा बेबे मैं दसना की सीगा बेबे इहदा दिमाग खोल रहा बथेरा करदी सी देख तैनू दिन रात सामदी सी है कोई ना बस बेबे मेरे सारे निकली दे मैं तैनू दसा मेरे च कल्ली च कसूर ना कड अच्छा ओ आमन नहीं आउंदी सी अपने घरे अच्छा गमांडण आउंदी सी जेड़ी ओ कहनी ऐ कर केरा तेरी सास नु बिरदा आश्रम छड़ा दे उसने मैनू रह दित्ती सी अभी बिरदा आश्रम खुल गए मैं तैनू बारे जानदी भी नहीं सी देख ले बेबे वाला किसे दे घरे जाना नहीं चाहिंदा जे जावे ता किसे दी गल ना सुने हां बेबे मैं तो ओदे पीछे लग गई ओ ता मैनू मांगर ला लिया ने ओ कहनी तू आदी सास नु छड्या फिर मैं आदी सास नु छड्या ओ वाली शारो ता कि सास नु कुछ नहीं कहंदी ता इथों कहाई गई इथों कहौंदी सी कि ओनु कहे तू छड के आ मैनू मांगर ला लिया देख ले कोई पारी नु ना ओनु कहे तू छड के आदी सास नु मैनू आदी फेर छड के आंगे पहला तुसी छड्याओ तू देख ले हुन बेबे दे नहीं ते पैरियां सले नहीं मैं तेनू छड के आऊंगा हुन ना मैं नहीं तेरे कागज तैयार कर ले मैं ना मैं ला दे के मैं मेरे तैयार कर लेगा बेबे मैं अमन कोले जाके आऊंगी तू बैठ की दे नहीं जाना मैं कागज पाड़ दूं चक के बस मैं कागज पाड़ के छड दी ना ले देख ले तू ता बेबे नु कहंदी सी बिरदा आश्रम छड आईए ते बेबे तेरा किन्ना करदी है फिर मेरी ता बेबे ही मां होई हां मैं आदी मां तो की लेने आ फाड़ के कागज बस ले बेबे चल बेबे आज तो बाद मेरी तो तू ही मां मैं तो पेके भी नहीं जांदी आज तो बाद जमा चंगा बेबे उस चैनल दी टीम वालों सारे नु प्यार भरी सत श्री अकाल हुणे हुणे जो तुसी साडी वीडियो देखी है तुहानू पता लग ही गया कि मैसेज देने दी कोशिश की है साडे चैनल नु सबसक्राइब करो कमेंट करो वीडियो नु शेयर करो सपोर्ट करन लई सारेयां दा बहुत बहुत धन्यवाद अखरी सोच चैनल ते जिन्ना वीरां ते भैणां ने सानू कमेंट की असीं नाम बोलण जा रहे हां जुगदेव सिंह सरायनागा गुरमीत कौर नीलम मानसा राणा लहरी तरीफ अहमद पाकिस्तान लखविंदर कौर मोहाली अवतार सिंह सिद्धू दीप धामी इंग्लैंड सुखमंदर संधु सानेवाल लुधियाना एम के तजेंद्र धालीवाल चक कलां अमर सिंह पटियाला बॉबी राजा हांगकोंग कमलप्रीत कौर विश्वजीत सिंह अमरीक सिंह भट्ठल सैल सिद्धू सिकंदर सिंह मेजर सिंह सिद्धू साहब गुरप्रविंदर सिंह कुलदीप कौर सरोज राणी जगदेव सिंह मेहर सिंह कुलदीप कौर बराड़ कोठे लाल सिंह वाले जसप्रीत कौर हरबंस मूसा जसमीत जस्सू करमजीत कौर आकाश गेमज सुखचैन सिंह हेमराज बाबा साहब कुलविंदर सिद्धू संदीप कौर मिठड़ी सिरसा हरियाणा गुरदीप अमृत विद्या नवजोत सुखदीप कौर बलतेज सिंह कुलविंदर नागरा जिन्हां वीरां ते भैणां ने सानू सोहणे सोहणे कमेंट कीते है कमेंट करने लिए बहुत बहुत धन्यवाद जिन्हां वीरां ते भैणां दे नाम बोलण मन रह गए असीं दूसरी वीडियो दे विच जरूर बोलांगे कमेंट करने लिए सानू सुझाव देने लिए सारयां दा बहुत बहुत धन्यवाद।